ਕੰਠ ਸੁਰਤਾ ਜਪਲੇ ਰਾਮ ਨੂੰ ਧਿਆਲੇ ਰਾਮ ਨੂੰ ਬੋਲੇ ਵਧਾਓ ਥੋੜਾ ਜਪਲੇ ਰਾਮ ਨੂੰ ਧਿਆਲੇ ਰਾਮ ਨੂੰ ਜਪਲੇ ਰਾਮ ਨੂੰ ਧਿਆਲੇ ਰਾਮ ਨੂੰ ਜਪਲੇ ਰਾਮ ਨੂੰ ਇੱਕ ਵਾਰੀ ਜਪਲੇ ਰਾਮ ਨੂੰ ਧਿਆਲੇ ਰਾਮ ਨੂੰ ਕਿਉਂਕਿ ਸੰਗਤ ਦਾ ਮਤਲਬ ਇਹੀ ਹੈ ਜੇ ਨਾਲ ਨਾਲ ਬੋਲੋਗੇ ਤਾਂਹੀਓ ਕੁਛ ਮਿਲਣਾ ਨਹੀਂ ਤਾਂ ਸਾਰੀ ਰਾਤ ਭਾਵੇਂ ਜਿੱਦਾਂ ਮਰਜ਼ੀ ਬੈਠੇ ਰਹੋ ਤਾਂ ਪੱਲੇ ਕੁਛ ਨਹੀਂ ਪੈਣਾ ਸਭ ਨੇ ਨਾਲ ਨਾਲ ਗਾਉਣਾ ਮੇਰੇ ਕੀ ਕਹਿਣਾ ਜਪਲੇ ਰਾਮ ਨੂੰ ਧਿਆਲੇ ਰਾਮ ਰੋਟੀ ਰੂਟੂ ਖਾ ਕੇ ਆਈਆਂ ਘਰ ਤੋਂ ਕਿ ਨਹੀਂ ਖੁੱਲ ਕੇ ਬੋਲੋ ਨਾ ਜਪਲੇ ਰਾਮ ਨੂੰ ਧਿਆਲੇ ਰਾਮ ਜਪਲੇ ਰਾਮ ਨੂੰ ਧਿਆਲੇ ਰਾਮ ਤੁਹਾਡੀ ਭਾਈ ਲੜਾਈ ਲੜੀ ਹੋਈ ਇੱਧਰ ਕੋਈ ਹੈਲੋ ਹੈਲੋ ਜਪਲੇ ਰਾਮ ਨੂੰ ਧਿਆਲੇ ਰਾਮ ਨੂੰ ਜਪਲੇ ਰਾਮ ਨੂੰ ਧਿਆਲੇ ਰਾਮ ਨੂੰ ਜਪਲੇ ਰਾਮ ਨੂੰ ਧਿਆਲੇ ਰਾਮ ਨੂੰ ਭਰਲੇ ਨਾਮ ਵਾਲੀ ਭਰਲੇ ਨਾਮ ਵਾਲੀ ਭਰਲੇ ਨਾਮ ਵਾਲੀ ਕਰਮ ਤੈਨੂੰ ਕਹਿੰਦਾ ਤੈਨੂੰ ਵਾਹਿਗੁਰੂ ਤਾਰੂਗਾ ਜਿਹਨੇ ਦੁਨੀਆ ਪ੍ਰਗਟ ਕੀਤੀ ਕੇ ਰੱਬ ਤੈਨੂੰ ਤਾਰੂਗਾ ਜਿਹਨੇ ਦੁਨੀਆ ਪ੍ਰਗਟ ਕੀਤੀ ਕੇ ਰੱਬ ਤੈਨੂੰ ਤਾਰੂਗਾ ਜਿਹਨੇ ਦੁਨੀਆ ਪ੍ਰਗਟ ਕੀਤੀ ਜਪਲੇ ਰਾਮ ਨੂੰ ਧਿਆਲੇ ਰਾਮ ਨੂੰ 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 ਭਰਦਾ ਨਾਮ ਵਾਲੀ ਸ਼ੀਸ਼ੀ ਭਰਦਾ ਨਾਮ ਵਾਲੀ ਸ਼ੀਸ਼ੀ ਕਿ ਰਾਮ ਤੈਨੂੰ ਕਿ ਅੱਲਾ ਤੈਨੂੰ ਵਾਹਿਗੁਰੂ ਤਾਰੂਗਾ ਜਿਹਨੇ ਦੁਨੀਆ ਪ੍ਰਗਟ ਕੀਤੀ ਕਿ ਰਾਮ ਤੈਨੂੰ ਤਾਰੂਗਾ ਜਿਹਨੇ ਦੁਨੀਆ ਪ੍ਰਗਟ ਕੀਤੀ ਕਿ ਰਾਮ ਤੈਨੂੰ ਤਾਰੂਗਾ ਜਿਹਨੇ ਦੁਨੀਆ ਪ੍ਰਗਟ ਕੀਤੀ ਓ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ Thank you.
ਨਹੀਂ ਵੇਹਦੇ ਆ, ਬਹੁਤ ਦੂਰ ਆ ਚਲਾਨ। ਬਾਕੇ ਬੁਲਾ ਯਾਰ ਦੇ ਵੇੜੇ ਨੱਚਿਆ,
ਚੱਲ ਹੋ ਜੇ ਬਸੋ ਬਾਤ ਨੱਚਣਾ ਪੈਂਦਾ ਏ ਹੋ ਜੇ ਬਸੋ ਬਾਤ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਜਾਤ ਨੱਚਣਾ ਪੈਂਦਾ ਏ ਹੋ ਸਾਹਮਣੇ ਹੋਵੇ ਜਾਤ ਨੱਚਣਾ ਪੈਂਦਾ ਏ ਹੋ 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 ਬਾਵਾਰ ਮੌਜ ਫਕੀਰਾਂ ਦੀ ਬਾਵਾਰ ਮੌਜ ਫਕੀਰਾਂ ਦੀ ਬਾਵਾਰ ਮੌਜ ਫਕੀਰਾਂ ਦੀ ਬਾਵਾਰ ਮੌਜ ਕਦੇ ਤਾਂ ਭੱਲਣਾ ਮਕਬਲ ਜਰੀਆ ਕਦੇ ਤਾਂ ਭੱਲਣਾ ਮਕਬਲ ਜਰੀਆ ਕਦੇ ਕੋਟ ਨੀਲੀ ਰਾਜੀ ਬਾਵਾਰ ਮੌਜ ਫਕੀਰਾਂ ਦੀ ਬਾਵਾਰ ਮੌਜ ਫਕੀਰਾਂ ਦੀ ਉਹ ਕਦੇ ਤਾਂ ਸਾਧੂ ਭੁੱਖੇ ਸੌਂਦੇ ਕਦੇ ਖੁਸ਼ਬੂ ਲੈਂਦੇ ਖੀਰਾਂ ਦੀ ਬਾਵਾਰ ਮੌਜ ਫਕੀਰਾਂ ਦੀ ਬਾਵਾਰ ਮੌਜ ਫਕੀਰਾਂ ਦੀ ਓ ਗਜਰੀ ਬਣਿਆ ਜਿਤਨਾ ਕਰਦੇ ਨੱਚ ਕੇ ਯਾਰ ਮਨਾਈ ਬੁਲਿਆ ਨੱਚ ਕੇ ਬੁੱਲਾ ਬੁੱਲਾ ਪੀ ਬੋ ਚੰਦ ਵਿਚਾਰ ਤੇ ਆਈ ਜੀ ਬਰਾ ਇੰਨਾ ਕਰਦੀ ਨੱਚ ਕੇ ਯਾਰ ਮਨਾਈ ਬੁੱਲਾ ਨੱਚ ਕੇ ਯਾਰ ਮਨਾਈ ਜਦ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਹੋ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਹੋ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਇੱਕ ਵਾਰੀ ਜਿੰਨੀ ਵੀ ਸੰਗਤ ਬੈਠੀ ਆ ਸਭ ਨੇ ਨਾਲ ਨਾਲ ਕੀ ਕਹਿਣਾ ਇੱਕ ਉਹਦਾ ਨਾਮ ਜਪਣਾ ਵੀ ਜ਼ਰੂਰੀ ਹੈ ਸਭ ਨੇ ਮੇਰੇ ਨਾਲ ਨਾਲ ਗਾਉਣਾ ਕੀ ਕਹਿਣਾ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਬੋਲ ਫਕੀਰਾ ਅੱਲਾ ਅੱਲਾ ਬੋਲ ਫਕੀਰਾ ਅੱਲਾ ਅੱਲਾ ਜੋ ਨਾਮ ਹੈ ਉਹਦਾ ਨਾਮ ਹੈ ਜਿੰਨਾ ਤੁਸੀਂ ਰੱਜ ਕੇ ਬੋਲੋਗੀਆਂ ਉਹਨਾਂ ਤੁਹਾਨੂੰ ਰੱਜ ਕੇ ਮਿਲੂਗਾ ਸਭ ਨੇ ਨਾਲ ਨਾਲ ਬੋਲਣਾ
ਰਾਮ ਲਾ ਦੇ ਰਾਮ ਲਾ ਦੇ ਰਾਮ ਲਾ ਦੇ ਰਾਮ ਲਾ ਦੇ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਹਿੰਦੂ ਵੀ ਤੂੰ ਮੁਸਲਿਮ ਵੀ ਤੂੰ ਸਿੱਖ ਵੀ ਤੂੰ ਸਾਹਿਬ ਵੀ ਤੂੰ ਤੂੰ ਹੀ ਤੂੰ ਸਭ ਕੁਝ ਤੂੰ ਤੂੰ ਹੀ 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 ਤੂੰ ਆ ਜਾ ਤੂੰ ਹੀ ਤੂੰ 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 ਹੋ ਮੇਰਾ ਬੋਲਿਆ ਜਿੰਨੇ ਵੀ ਸੰਗਤ ਆਈ ਆ ਆਪਣੇ ਆਪਣੇ ਨਹੁੰ ਦੇ ਤਾੜੀ ਮਾਰ ਦਿਓ ਮੇਰੇ ਵੱਲੋਂ ਗੁੜ ਗੁੜ ਪ੍ਰਣਾਮ ਜਿੰਨੇ ਮੇਰੇ ਵੀਰ ਖੜੇ ਆ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਆਈਆਂ ਨੇ ਕੋਈ ਖੁੱਲ੍ਹ ਕੇ ਤਾੜੀ ਮਾਰ ਦਿਓ ਰੋਮ ਰੋਮ ਵਿੱਚ ਵਾਸ ਸੱਜਣ ਦਾ ਡਾਡਾ ਏ ਦਰਬਾਰ ਸੱਜਣ ਦਾ ਤੁਰ ਪਈਆਂ ਹੁਣ ਯਾਰ ਦੇ ਘਰ ਨੂੰ ਹਾਂ ਮੈਂ ਛੱਡ ਨਹੀਂ ਸਕਦੀ ਦਰ ਨੂੰ ਆ ਦੁਨੀਆਂ ਪਈ ਖਸਮਾਂ ਨੂੰ ਖਾਵੇ ਹਾਂ ਦੁਨੀਆਂ ਪਈ ਖਸਮਾਂ ਨੂੰ ਖਾਵੇ ਹੋ ਮਸਤੀ ਮੈਂ ਫਿਰਦੀ ਹਾਂ ਮੇਰਾ ਤੁਣਕਾ ਯਾਰ ਵਜਾਵੇ ਹੋ ਤੇ ਮਸਤੀ ਮੈਂ ਫਿਰਦੀ ਰੂਹ ਅੱਲਾ ਅੱਲਾ ਗਾਵੇ ਹੋ ਮੌਲਾ ਤੁੜਕਾ ਯਾਰ ਵਜਾਵੇ ਉੱਥੇ ਮਸਤੀ ਮੈਂ ਫਿਰਦੀ ਤੇ ਕਹਿੰਦੀ ਤਾੜੀ ਮਾਰ ਲਓ
ਬਣਾ ਦੇਣਗੇ ਬੀਬਾ, ਲੱਛਣ ਲਾ ਦੇਣਗੇ ਬੀਬਾ, ਹਾਂ ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ, ਹੁਣਾ ਜਾਈ ਮਸਤਾ ਦੇ, ਹੁਣਾ ਜਾਈ ਮਸਤਾ ਦੇ, ਮਸਤ ਬਣਾ ਦੇਣਗੇ ਬੀਬਾ, ਜਾਈ ਮਸਤਾ ਦੇ ਵੇੜੇ, ਹੁਣਾ ਜਾਈ ਮਸਤਾ ਦੇ ਵੇੜੇ, ਮਸਤ ਹਾਂ ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਅਸੀ ਮਸਤਾ ਦੀ ਯਾਰੀ ਨੀ ਭੁੱਲ ਜਾਏ ਕਿ ਦੁਨੀਆ ਸਾਰੀ ਨੀ ਭੁੱਲ ਜਾਏ ਕਿ ਦੁਨੀਆ ਸਾਰੀ ਨੀ ਭੁੱਲ ਜਾਏ ਜਦੋਂ ਚੜਗੀ ਮਸਤੀ ਭਾਰੀ ਨੀ ਤੇਰੀ ਹਸਤੀ ਮਿਟ ਜੂ ਸਾਰੀ ਨੀ ਤੇਰੀ ਹਸਤੀ ਤੇਰੀ ਹਸਤੀ ਮਿਟ ਜੂ ਇੱਕੋ ਕੁੱਟ ਪਿਆਉਣੀ ਇੱਕੋ ਕੁੱਟ ਪਿਆਉਣੀ ਤੇ ਹੋਸ਼ ਭੁਲਾ ਦੇਣਗੇ ਬੀਬਾ ਜਾਈ ਮਸਤਾ ਦੇ ਹੁਣਾ ਜਾਈ Thank you.
कि जब श्याम बाबा उसके घर आएंगे तो वो क्या करेंगे। Yeah.
Oh, my God.
स्थापना एवं परिक्रमा नगर की परिक्रमा एवं भंडारा बड़े धूमधाम से मनाया गया है। संत मूर्तियों का भंडारा हुआ, सब संत आए, यहाँ दर्शन मेला हुआ। ओम नारायण। बाबा लालगिरी 1990 विच पिंड रावसड़े आया सी। हरदेवपुरी का संत बार बाबा हरदेवपुरी का चेला सी। ਫਿਰ ਉਸਨੇ ਇੱਥੇ ਆ ਕੇ ਪਹਿਲੇ ਭੰਡਾਰੇ ਕੀਤੇ। ਇੱਥੇ ਉਹ ਘੱਟ ਤੋਂ ਘੱਟ 50 ਸਾਲ ਰਹੇ ਨੇ। ਔਰ ਸਾਰੇ ਪਿੰਡ ਦਾ ਬਹੁਤ ਇੱਜ਼ਤ ਮਾਨ ਸੀ, ਔਰ ਲੋਕ ਬਹੁਤ ਇੱਜ਼ਤ ਕਰਦੇ ਸੀ। ਬਹੁਤ ਲੋਕ ਦੂਰੋਂ ਦੂਰੋਂ ਆਉਂਦੇ ਸੀਗੇ, ਔਰ ਬਹੁਤ ਉਹ ਉੱਘੇ ਸ਼ਖਸੀਅਤ ਸੀਗੇ, ਸੰਤ ਮਹਾਂਪੁਰਸ਼ ਸੀਗੇ, ਭੰਡਾਰੇ ਕਰਦੇ ਹੀ ਰਹਿੰਦੇ ਸੀਗੇ। ਜਿਸ ਟਾਈਮ ਉਹ ਆਏ ਨੇ ਉਹਨਾਂ ਦੇ ਨਾਲ ਇੱਕ ਉਸਪੁਰੀਆ ਪੰਡਿਤ ਵੀ ਸੀ, ਨਾਲ ਚੇਲਾ ਉਹਨਾਂ ਦਾ ਨਾਲ ਆਇਆ ਸੀ। ਫਿਰ ਉਹ ਦੋਵੇਂ ਜਾਣੇ ਇੱਥੇ ਮੀਨਾ ਰਿਹਾ ਸੌਂਸਪੁਰੀਆ। ਫਿਰ ਉਹਨਾਂ ਨੇ ਇੱਥੇ ਭੰਡਾਰਿਆ ਕੀਤਾ, ਬਹੁਤ ਵੱਡਾ ਭੰਡਾਰਾ ਹੋਇਆ। ਉਦੋਂ ਸਾਰੇ ਪਿੰਡ ਨੇ ਸਹਿਯੋਗ ਦਿੱਤਾ। 17 ਤਰੀਕ ਦਿਨ ਐਤਵਾਰ ਨੂੰ ਮੂਰਤੀ ਸਥਾਪਿਤ ਕੀਤੀ, ਮਹਾਂਪੁਰਸ਼ ਆਏ, ਔਰ ਸਾਰੇ ਪਿੰਡ ਦੀ ਪਰਿਕਰਮਾ ਕਰੀ। ਪਰਿਕਰਮਾ ਕਰਕੇ ਫਿਰ ਉਹ ਰੋਸ਼ਣੇ ਦੇ ਵਿੱਚ ਸਥਾਪਿਤ ਕੀਤੀ ਅਤੇ ਮਹਾਂਪੁਰਸ਼ ਸੱਦੇ। ਮਹਾਂਪੁਰਸ਼ਾਂ ਨੇ ਭੰਡਾਰਾ ਪਿੰਡ ਨੇ ਪੂਰਾ ਸਹਿਯੋਗ ਦਿੱਤਾ, ਔਰ ਬਾਹਰਲੇ ਲੋਕਾਂ ਨੇ ਸੱਜਣ ਮੇਲੇ ਸਾਰੇ ਆ ਕੇ ਲੋਕਾਂ ਨੇ ਉਹਨਾਂ ਦਾ ਬਹੁਤ ਸਹਿਯੋਗ ਦਿੱਤਾ। ਭੰਡਾਰਾ ਖੂਬ ਚੱਲਿਆ, ਸੁਬਾਹ 8 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਭੰਡਾਰਾ ਖੁੱਲ੍ਹਾ ਚੱਲਦਾ ਰਿਹਾ। ਬਹੁਤ ਲੋਕ ਇੱਥੇ ਸਹਿਯੋਗ ਦਿਓ, ਔਰ ਮਹਾਂਪੁਰਸ਼ਾਂ ਦੇ ਆ ਕੇ ਦਰਸ਼ਨ ਕਰੋ। ਇੱਥੇ ਸੁੱਖਾਂ ਬਹੁਤ ਜ਼ਿਆਦਾ ਵਾਰ ਆਉਂਦੀਆਂ ਨੇ। ਜਿਹੜਾ ਵੀ ਕੋਈ ਆਵੇ ਨਿਰਾਸ਼ਾ ਨਹੀਂ ਮੁੜਦਾ ਇੱਥੋਂ, ਹਰੇਕ ਦੀ ਆਸਾ ਪੂਰੀ ਹੁੰਦੀ ਹੈ। ਗੱਦੀ 'ਤੇ ਹਰਦੁਆਰਪੁਰੀ ਜੀ ਬੈਠੇ ਹਨ, ਇਹ ਵੀ ਬਹੁਤ ਪੁੱਜੇ ਹੋਏ ਸ਼ਖਸੀਅਤਾਂ ਹਨ।
ਇਹ ਮਹਾਂਪੁਰਸ਼ਾਂ ਦੇ ਆ ਕੇ ਇੱਥੇ ਦਰਸ਼ਨ ਕਰੋ ਔਰ ਇਹਨਾਂ ਨੂੰ ਸਹਿਯੋਗ ਦਿਓ। ਲਾਲਗਿਰੀ ਦੇ ਭਨਾਰਾ ਹੋਇਆ ਔਰ ਪਿੰਡ ਦੇ ਉੱਪਰ 'ਚ ਕਰੋਮਾਂ ਹੋਈਆਂ, ਸੰਗਤ ਆਈ, ਸਾਧੂਆਂ ਦੀ ਸੇਵਾ ਕੀਤੀ, ਹੋਰ ਪਿੰਡ ਕੰਨੀ ਹੁਣ ਲੰਗਰ ਵੀ ਚੱਲੇ ਗਏ ਨੇ, ਸੇਵਾ ਵੀ ਬਹੁਤ। ਅੱਜ ਦਿਨ ਐਤਵਾਰ 17 ਤਰੀਕ ਨੂੰ ਬਾਬਾ ਲਾਲਗਿਰ ਜੀ ਦੇ ਡੇਰੇ 'ਤੇ ਲਾਲਗਿਰ ਜੀ ਦੀ ਮੂਰਤੀ ਸਥਾਪਿਤ ਪਰਿਕਰਮਾ ਪਿੰਡ ਦਾ ਕੀਤਾ ਗਿਆ ਔਰ ਪਿੰਡ ਵਾਸੀਆਂ ਨੇ ਵਧੀਆ ਸਹਿਯੋਗ ਦਿੱਤਾ। ਪਰਿਕਰਮਾ ਸਾਰਾ ਪਿੰਡ ਦਾ ਕਰਕੇ ਔਰ ਹਵਨ ਕਰਕੇ ਅਤੇ ਬਾਬਾ ਲਾਲਗਿਰ ਜੀ ਦੀ ਮੂਰਤੀ ਸਥਾਪਿਤ ਕੀਤੀ, ਨੰਦੀ ਮਹਾਰਾਜ ਜੀ ਦੀ ਕੀਤੀ। ਉਦੋਂ ਬਾਅਦ ਸਾਧੂ ਸੰਤਾਂ ਦਾ ਬਹੁਤ ਵਧੀਆ ਇਕੱਠ ਸੀਗਾ, ਉਹਨਾਂ ਨੂੰ ਭੰਡਾਰੇ ਕੀਤੇ ਗਏ, ਲੰਗਰ ਦੀ ਸੇਵਾ ਆਲੇ ਦੁਆਲੇ ਵਾਸੀਆਂ ਨੇ, ਪਿੰਡ ਵਾਸੀਆਂ ਨੇ ਬੜੇ ਸਹਿਯੋਗ ਦੇ ਨਾਲ ਭੰਡਾਰਾ ਕੀਤਾ। ਸਾਡੇ ਬਾਬਾ ਲਾਲਗਿਰ ਦੇ ਡੇਰੇ ਗੱਦੀ ਨਸੀਬ ਬਾਬਾ ਹਰਦਵਾਰ ਗਿਰੀ ਜੀ, ਜੋ ਵੀ ਉਹਨਾਂ ਦੇ ਕੋਲ ਆਉਂਦਾ, ਜੋ ਵੀ ਮੰਗ ਕਰਦੇ ਨੇ, ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਵੱਧ ਤੋਂ ਵੱਧ ਸੰਗਤ ਬਾਬਾ ਲਾਲਗਿਰ ਦੇ ਡੇਰੇ ਔਰ ਬਾਬਾ ਹਰਦਵਾਰ ਗਿਰੀ ਦਰਸ਼ਨ ਕਰੋ ਅਤੇ ਵੱਧ ਤੋਂ ਵੱਧ ਸਹਿਯੋਗ ਦਿਓ।